ਬਕਾਇਦਾ ਇੱਕ ਪਾਠ ਲੜੀ ਚੱਲ ਰਹੀ ਹੁੰਦੀ ਸੁਬਹ ਸ਼ਾਮ 24 ਘੰਟੇ ਤੇ ਉਹ ਥਰਡ ਡੇ ਦੇ ਰਾਤ ਨੂੰ ਕੰਪਲੀਟ ਹੋ ਜਾਂਦਾ ਵਾ ਤੇ ਉਹੀ ਡੇ ਸਾਡਾ ਹੁੰਦਾ ਵਾ। ਅਸੀਂ ਸਾਰੇ ਤੁਹਾਡੇ ਰਾਹੀਂ ਤੁਹਾਡੇ ਚੈਨਲ ਰਾਹੀਂ ਅਸੀਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਇੱਕ ਅਮਨ ਪਸੰਦ ਮੁਲਕ ਆ, ਤੁਸੀਂ ਜ਼ਰੂਰ ਇੱਥੇ ਆਓ, ਆ ਕੇ ਵੇਖੋ। ਬੇਸ਼ੱਕ ਤੁਹਾਡੇ ਲਈ ਥਾਂ ਥੋੜ੍ਹੀ ਹੋਏਗੀ, ਲੇਕਿਨ ਲੋਕਾਂ ਦੇ ਦਿਲ ਬਹੁਤ ਵੱਡੇ ਆ। ਬਿਲਕੁਲ, ਤੁਹਾਨੂੰ ਆਪਣੇ ਘਰਾਂ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਜ਼ਰੂਰ ਵਸਾਈ ਰੱਖੇ। ਅੱਛਾ, ਮੈਨੂੰ ਪਹਿਲੇ ਇਹਦੀ ਹਿਸਟਰੀ ਇਹਦੀ ਕੋਈ ਦੱਸੋ। ਇਹ ਸਰੂਪਾ ਸਾਹਿਬ ਆ, ਇਹਦੇ ਵਿੱਚ ਇਹਨੂੰ ਕਹਿੰਦੇ ਕਿ ਸਰ ਤੋਂ ਲੈ ਕੇ ਪੈਰਾਂ ਤਿਕਰ ਨਵਾਜਣਾ, ਸਰਾਪਾ ਵਰਡ ਆ ਨਾ ਸਰਾਪਾ। ਓਕੇ, ਜਿਸ ਬੰਦੇ ਨੇ ਜਿਸ ਬੰਦੇ ਲਈ ਇਨਸਾਨੀਅਤ ਲਈ ਕੌਮ ਲਈ ਜਾਂ ਕਿਸੇ ਵੀ ਭਲੇ ਮਾਣਸ ਦੀ ਖਿਦਮਤ ਕੀਤੀ ਹੋਵੇ ਉਹਨੂੰ ਇਹ ਸਰੂਪਾ ਜਿਹੜਾ ਉਹ ਗੁਰੂ ਘਰ ਵੱਲੋਂ। ਅੱਛਾ ਅੱਛਾ, ਮੈਨੂੰ ਅਕਸਰ ਲੋਕ ਕਹਿੰਦੇ ਨੇ ਯਾਰ ਅਸੀਂ ਤੇਰਾ ਪ੍ਰੋਗਰਾਮ ਦੇਖ ਕੇ ਦੁੱਖ ਭੁੱਲ ਜਾਂਦੇ ਹਾਂ, ਅਸੀਂ ਬਹੁਤ ਖੁਸ਼ ਹੁੰਦੇ ਹਾਂ, ਤੂੰ ਸੁਬਹਾ ਅਸੀਂ ਉੱਠ ਕੇ ਤੈਨੂੰ ਦੇਖ ਕੇ ਰਾਤ ਸਾਡੀ ਜਿਹੜੀ ਤੇਰੇ ਪ੍ਰੋਗਰਾਮ ਦੇਖ ਕੇ ਹੁੰਦੀ, ਕੋਈ ਟੈਨਸ਼ਨ ਹੋਵੇ, ਇਸ ਤੋਂ ਮੈਨੂੰ ਇਹ ਹੱਕਦਾਰ ਹੈਗਾ ਮੈਂ। ਜੀ, ਤੁਸੀਂ ਹੱਕਦਾਰ ਹੋ, ਅਸੀਂ ਤੁਹਾਨੂੰ ਇਸੇ ਕਰਕੇ ਸਰੂਪਾ ਦੇ ਰਹੇ ਹਾਂ ਕਿ ਤੁਸੀਂ ਤੂੰ ਬੜਾ ਤੰਜ਼ੀ ਹਾਸਿਆ ਲੋਕੀ ਜੀ ਰਹੇ ਸਰ। ਬੋਲੇ ਸੋਨਿਹਾਲ, ਵਾਹ ਜੀ ਵਾਹ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸਰ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਇਹ ਮੇਰਾ ਪਹਿਲਾ ਪ੍ਰੋਗਰਾਮ ਆ ਜਿਹਦੇ 'ਚ ਕੌਮੇਡੀ ਜਾਂ ਤੁਹਾਨੂੰ ਪਤਾ ਫਾਰਮੈਟ ਮੇਰੇ ਪ੍ਰੋਗਰਾਮ ਦਾ, ਅਤੇ ਲੇਕਿਨ ਮੈਂ ਛੱਡਣਾ ਨਹੀਂ, ਬਾਹਰ ਆਓ, ਮੈਂ ਤੁਹਾਡੇ ਨਾਲ ਨਿਬੜਦਾ ਹਾਂ। ਆ ਜਾਓ। ਸਲਾਮ ਅਲੈਕੁਮ। ਵਾਲੇਕੁਮ ਸਲਾਮ ਭਾਈ ਜੀ। ਆ ਤਾਲਾ ਦਿਖਾਉਣਾ, ਆ ਛੋਟਾ ਠੀਕ ਨੂੰ ਜ਼ੁਬਾਨ 'ਤੇ ਲਾਈਦਾ, ਜਿੱਥੇ ਮਰਜ਼ੀ ਲਾਉਣ ਜੀ, ਲੋਕ ਬੈਗ ਨੂੰ ਲਾਉਂਦੇ, ਤੁਸੀਂ ਜ਼ੁਬਾਨ ਨੂੰ, ਤੁਹਾਡੇ ਵਾਸਤੇ ਜ਼ੁਬਾਨ ਨੂੰ ਲੱਗਣਾ ਨਹੀਂ ਹੈ, ਤੁਹਾਡੇ ਵਾਸਤੇ ਜ਼ੁਬਾਨ ਵਾਸਤੇ ਵੱਡਾ ਚਾਹੀਦਾ। ਅੱਛਾ, ਵੱਡਾ ਦਿਖਾਓ, ਉਹ ਕੀ ਪਿੱਛੇ, ਉਹ ਇਸ ਤੋਂ ਵੀ ਵੱਡਾ, ਉਹ ਨਹੀਂ ਉਹ ਪਿੱਛੇ ਜਿਹੜਾ ਪਿਆ, ਉਹ ਪਿੱਛੇ ਇਹ ਬੜੀ ਸੁਰੇ ਆ ਨਾਲ ਦਾ ਵੀ ਭਾਈ, ਇਹ ਲੈਣਾ ਕਿ ਸਿਰਫ ਲਾਉਣਾ ਵਾ, ਮੈਂ ਪਹਿਲੇ ਸਮੈਲ ਤੇ ਚੈੱਕ ਕਰਾਂ ਟੇਸਟ ਕੈਸਾ ਵਾ, ਟੇਸਟ ਬਹੁਤ ਖਾ ਕੇ ਵੇਖ ਲਓ। ਤੁਸੀਂ ਨਹਾਤੇ ਨੀ, ਇੰਨੀ ਖੁਸ਼ਬੂ ਲਾ ਰਹੇ ਹੋ। ਨਹੀਂ ਮੈਂ ਨਹਾਤਾ, ਮੈਂ ਅਗਲੇ 15-20 ਦਿਨ ਨਹੀਂ ਨਹਾਉਣਾ, ਉਹਦਾ ਇੰਤਜ਼ਾਮ ਕਰ ਰਿਹਾ। ਅੱਛਾ, ਇਹ ਹੋ ਗਏ 1 2 4 5 6, ਇਹ ਹੋ ਗਏ, ਇਹ ਹੋ ਗਏ 6, ਖੁਰਿਆ ਨਹੀਂ ਹੈ, ਉਹਨੇ ਖਾਓ। ਮੈਂ ਤੁਹਾਡਾ ਮਿੱਠਾ ਚੈੱਕ ਕਰਦਾ ਕਿੰਨਾ ਵਾ, ਮਿੱਠਾ ਪੂਰਾ ਹੀ ਸ਼ੂਗਰ ਆ, ਤੁਹਾਨੂੰ 850 ਬੁਖਾਰ ਆ, ਉਹ ਕਿਹੜੇ ਹਿਸਾਬ ਨਾਲ ਤੁਹਾਨੂੰ ਚੜ੍ਹ ਗਿਆ ਬੁਖਾਰ, ਇਹ ਤੁਸੀਂ ਛਾਪਰ 'ਚ ਪਾਓ, ਪੈਸੇ ਤੁਹਾਨੂੰ ਸੁਬਹਾ ਮੇਰਾ ਡਰਾਈਵਰ ਦੇ ਜਾਏਗਾ। ਨਹੀਂ ਨਹੀਂ, ਧਾਰ ਨਹੀਂ ਸੀ ਕਰਦੇ, ਕਰ ਲਓ, ਇੰਟਰਨੈਸ਼ਨਲ ਜਗ੍ਹਾ, ਇੱਥੇ ਧਾਰ ਹੀ, ਫਿਰ ਪੈਸੇ ਪਹਿਲੇ ਤਾਂ ਚੀਜ਼ ਬਾਅਦ, ਤੁਸੀਂ ਧਾਰ ਕਰਦੇ ਹੀ ਸੀ ਅਤੇ ਤੁਹਾਡਾ ਉੱਪਰਲਾ ਪਲਾਟ ਸਾਰਾ ਵਿਹਲਾ ਹੋਇਆ। ਅੱਛਾ ਜੀ, ਹਾਂ ਆ ਰੱਖ ਉਹਦੇ 'ਚ ਗੱਡੀ 'ਚ, ਤੁਸੀਂ ਭਾਈ ਬੋਲ ਨਹੀਂ ਰਹੇ, ਅਸੀਂ ਵੈਸੇ ਨਾਲ ਇੱਥੇ ਭਾਈ ਦੇ ਕੋਲ ਆਏ, ਅਸੀਂ ਕਿੱਧਰ, ਅਸੀਂ ਅਸੀਂ ਵੈਸੇ ਹੀ ਓਕੇ ਤੁਹਾਡੀ ਸਾਡੇ ਬੋਲੀ ਜਿਹੜੀ ਨਾ ਮਿਕਸ ਹੋ ਗਈ, ਤੁਹਾਡੇ ਮਿਕਸ ਹੋ ਗਈ, ਨਹੀਂ ਸਾਡੇ ਵਾਲੀ, ਮੇਰੀ ਹਾਲੇ ਵੀ ਥੋੜੀ ਬਹੁਤ ਓਦਾਂ ਦੀ ਆ, ਮੈਂ ਫੈਸਲਾਬਾਦ ਦਾ ਨਾ, ਲੈਲਪੁਰ ਦਾ, ਉੱਥੇ ਦੀ ਬੋਲੀ ਰਲਦੀ ਆ ਅੰਮ੍ਰਿਤਸਰ ਨਾਲ ਜਲੰਧਰ ਨਾਲ, ਤੁਹਾਡੀ ਜਿਹੜੀ ਨਾ ਇਹ ਸਾਰੀ ਇੱਥੇ ਦੀ ਤੁਹਾਡੀ
ਚੇਂਜ ਹੋ ਗਈ ਮਿਕਸ ਮੁਆਸ਼ਰੇ ਦੇ ਹਿਸਾਬ ਨਾਲ ਪਿਆਰ ਨੇ ਬਦਲ ਦਿੱਤਾ ਹੈ ਹਾਂਜੀ ਤੁਹਾਡੇ ਪਿਆਰ ਨਾਲ ਬਦਲ ਦਿੱਤਾ ਹੈ ਤੇ ਅਸੀਂ ਵੇਖੋ ਤੁਹਾਡੇ ਪਿਆਰ ਨਾਲ ਤਾਂ ਕੋਈ ਰੱਖੀ ਨਹੀਂ ਰੱਖੀ ਹੈ ਨਾ ਅਸੀਂ ਮੰਨਦੇ ਹਾਂ ਇਸ ਗੱਲ ਨੂੰ ਹੈ ਨਾ ਹਾਂਜੀ ਹਾਂਜੀ ਅੱਛਾ ਤੁਹਾਡਾ ਕੀ ਨਾਮ ਹੈ ਦਿਲਾਵਰ ਸਿੰਘ ਦਿਲਾਵਰ ਸਿੰਘ ਹੱਕ ਦਿਲਾਵਰ ਸਿੰਘ ਤੇ ਤੁਹਾਡਾ ਗੁਰਮੀਤ ਗੁਰਮੀਤ ਸਿੰਘ ਗੁਰਮੀਤ ਸਿੰਘ ਜੀ ਯਾਰ ਵੈਸੇ ਮੇਰੇ ਬੜੇ ਭੇਲੀ ਨੇ ਕਸਮੇ ਸਿੱਖ ਪੂਰੀ ਦੁਨੀਆ 'ਚ ਬੜੇ ਮੇਰੇ ਯਾਰ ਨੇ ਸਾਡੇ ਵਰਗਾ ਨਹੀਂ ਹੋਣਾ ਸਤਿ ਸ਼੍ਰੀ ਅਕਾਲ ਜੀ ਸਰਦਾਰ ਜੀ ਆ ਜਾਓ ਅੱਗੇ ਆ ਜਾਓ ਵੀਰ ਜੀ ਆ ਜਾਓ ਤੁਸੀਂ ਮੈਨੂੰ ਸਿਰਫ ਇਹ ਦੱਸਣਾ ਕਿ ਇੱਥੇ ਇੱਕੋ ਮੁਲਕ 'ਚ ਇੱਕੋ ਸ਼ਹਿਰ 'ਚ ਸਾਰੇ ਇੰਨੇ ਪਿਆਰ ਮੁਹੱਬਤ ਰਹਿ ਰਹੇ ਮੈਂ ਦੇਖ ਰਿਹਾ ਮਜ਼ਾਕ ਵੀ ਕਰ ਰਹੇ ਆ ਲੜ ਵੀ ਰਹੇ ਹੱਸ ਖੇਡ ਵੀ ਰਹੇ ਆ ਅਤੇ ਜਿਹੜੇ ਉੱਧਰ ਦਾ ਸਿਸਟਮ ਆ ਸਾਡਾ ਉਹਦੇ 'ਚ ਇੰਨੀਆਂ ਬੰਦਿਸ਼ਾਂ ਅਤੇ ਇੰਨੀ ਉਹਦੇ 'ਚ ਤਣਾਓ ਇਹ ਵੀ ਕੀ ਵਜ੍ਹਾ ਉੱਥੇ ਵੀ ਸਾਡੇ ਨਾਲ ਇਹੋ ਹੀ ਪੁੱਛ ਰਿਹਾ ਜੋ ਇੱਥੇ ਹੋ ਰਿਹਾ ਨਾ ਇੱਥੇ ਕੁਛ ਨਹੀਂ ਹੋ ਰਿਹਾ ਇੱਥੇ ਪਿਆਰ ਮੁਹੱਬਤ ਆ ਉੱਥੇ ਵੀ ਪਿਆਰ ਆ ਉੱਥੇ ਵੀ ਨਹੀਂ ਸਾਡੇ ਨਾਲ ਸਾਨੂੰ ਕਿਉਂ ਨਹੀਂ ਮਿਲਣ ਦਿੰਦੇ ਮੇਰੇ ਉੱਥੇ 50,000 ਯਾਰ ਦੋਸਤ ਆ ਮੈਂ ਜਾ ਨਹੀਂ ਸਕਦਾ ਉੱਥੇ ਇੰਨੇ ਮੇਰੇ ਉੱਥੇ ਵੀਰ ਆ ਮੈਂ ਨਹੀਂ ਮਿਲ ਸਕਦਾ ਕਹਿੰਦੇ ਮੈਂ ਵੀ ਨਹੀਂ ਸਕਦਾ ਇਹੀ ਤਾਂ ਕਹਿ ਰਹੇ ਕੀ ਰੌਲਾ ਵਾ ਉਹਨਾਂ ਨੂੰ ਸ਼ੱਕ ਰਹਿੰਦਾ ਹਮੇਸ਼ਾ ਕੀ ਕਿ ਕੁਛ ਆ ਕੇ ਕੁਛ ਕਰਨਾ ਤੇ ਕੋਈ ਕੰਮ ਨਾ ਪਾ ਦੇ ਡਰਦੇ ਨੇ ਹਾਂ ਡਰਦੇ ਨੇ ਸਾਡੇ ਕੋਲ ਨਾ ਡਰਨ ਤਾਂ ਫਿਰ ਗੱਲ ਕਿਹੜੀ ਹੈ ਬਾਕੀ ਬਸ ਗੱਲ ਯਾਰ ਇੱਦਾਂ ਰਹਿਣਾ ਚਾਹੀਦਾ ਵੈਸੇ ਉਹਨਾਂ ਨੂੰ ਵੀ ਸਾਡੇ ਨਾਲ ਸਾਡੀ ਬੋਲੀ ਇੱਕ ਸਾਡੀ ਬਰਾਦਰੀ ਨੂੰ ਦੇਖੋਗੇ ਨਾ ਇਸ ਤਰ੍ਹਾਂ ਹੀ ਪਾਓਗੇ ਭਾਵੇਂ ਤੁਸੀਂ ਸੁਬਹ ਸਰਾਜ 'ਚ ਪਕੜ ਲਓ ਅਤੇ ਭਾਵੇਂ ਅੱਛਾ ਹੈ ਤੁਸੀਂ ਇੰਡੀਆ ਦੇ ਜਾਣਾ ਪਿੱਛੋਂ ਉੱਧਰੋਂ ਪਿਸ਼ਾਵਰ ਤੋਂ ਇਹ ਤੁਹਾਡਾ ਕੀ ਲੱਗਦਾ ਪੰਜ ਸਕਾ ਸਕਾ ਹੀ ਸਮਝ ਲਓ ਨਹੀਂ ਇੱਕ ਹੁੰਦਾ ਨਾ ਵੀ ਬੜਾ ਪਰੇਸ਼ਾਨ ਕਰੇ ਮਰੀਜ਼ ਗਿਆ ਉਹਨਾਂ ਨੂੰ ਕਹਿ ਰਿਹਾ ਕਿ ਭਾਜੀ ਮੇਰੇ ਤੁਰਦੇ ਇੱਥੇ ਗੋਡਿਆਂ 'ਚ ਦਰਦ ਹੁੰਦੀ ਹੈ ਹਕੀਮ ਸਾਹਿਬ ਕਹਿੰਦੇ ਮੇਰੇ ਬੈਂਦੇ ਉਰੇ ਦਰਦ ਹੁੰਦੀ ਸਰਦਾਰ ਮਸਤਾਨ ਸਿੰਘ ਸਰਦਾਰ ਮਸਤਾਨ ਸਿੰਘ ਤੁਸੀਂ ਇੱਥੇ ਕੀ ਕਰਦੇ ਨਨਕਾਣੇ ਕੋਈ ਕਾਰੋਬਾਰ ਵੇਲੇ ਇਹਦੇ ਨਾਲ ਦਾ ਅੱਛਾ ਕੰਮ ਹੀ ਕੋਈ ਨਹੀਂ ਇਹਦੇ 'ਚ ਭੁੱਖ ਵੀ ਬੜੀ ਲੱਗਦੀ ਹੈ ਇਹ 'ਚ ਬਹੁਤ ਇਹ 'ਚ ਥਕਾਵਟ ਵੀ ਬਹੁਤ ਹੁੰਦੀ ਹੈ ਥਕਾਵਟ ਵੀ ਬਹੁਤ ਹੁੰਦੀ ਹੈ ਇਹ 'ਚ ਨੀਂਦ ਵੀ ਬਹੁਤ ਸੋਹਣੀ ਆਉਂਦੀ ਨਾ ਇਹ ਟੈਨਸ਼ਨ ਵੀ ਸਵੇਰੇ ਕਿਸੇ ਨੇ ਪੈਸੇ ਲੈਣ ਆਉਣਾ ਰਾਤ ਨੂੰ ਕਿਹਨੂੰ ਦੇਣੇ ਆ ਕੋਈ ਟੈਨਸ਼ਨ ਹੀ ਨਹੀਂ ਕੋਈ ਨਹੀਂ ਇੱਥੋਂ ਗੁਰਦੁਆਰੇ ਚੁੱਕ ਲਈ ਦੀ ਜੇਬ 'ਚ ਪਾ ਲਈ ਬਸ ਆਪਣੀ ਖਾਣ ਦੀ ਅਗਲੇ ਵੀ ਲੈ ਆਉਂਦੀ ਬਸ ਠੀਕ ਆ ਕੀ ਕੰਮ ਕਰਦਾ ਤੂੰ ਮੈਂ ਲਾਹੌਰ ਪੜ੍ਹਦਾ ਰਿਹਾ ਲਾਹੌਰ ਕੀ ਹੁੰਦਾ ਲਾਹੌਰ ਲਾਹੌਰ ਪੜ੍ਹਦਾ ਰਿਹਾ ਤੂੰ ਇਟਸ ਲਾਹੌਰ ਬ੍ਰੋ ਅੱਛਾ ਕਿੰਨੀ ਮਿਸ ਕਲਾਸ ਪੜ੍ਹਦਾ ਰਿਹਾ ਮੈਂ ਉੱਥੋਂ 16 ਜਮਾਤਾਂ ਕੀਤੀਆਂ ਨੇ ਜੀ ਪੋਲੀਟੀਕਲ ਸਾਇੰਸ ਵਿੱਚ ਤੂੰ ਮੈਨੂੰ ਪੋਲੀਟੀਕਲ ਸਾਇੰਸ ਦੇ ਸਪੈਲਿੰਗ ਸੁਣਾ ਦੇ ਪੀ ਪੀ ਓ ਐਲ ਆਈ ਪੋਲੀ ਇੰਨੀ ਦੇਰ ਤੋਂ ਲਾਇਆ ਤੈਨੂੰ ਇੰਗਲਿਸ਼ ਗੱਲ ਕਰ ਲੈਣਾ ਤੁਸੀਂ ਕਰੋ ਇੰਗਲਿਸ਼ ਮੈਨੂੰ ਪੁੱਛ ਕੇ ਤੁਸੀਂ ਕਿੱਧਰ ਆਏ ਆ ਕੀ ਮਹਿਸੂਸ ਕਰ ਰਹੇ ਆ ਇੱਥੇ ਸਾਰਾ ਪੁੱਛ ਇੰਗਲਿਸ਼ ਸੋ ਸਰ ਵੇਅਰ ਯੂ ਕਮ ਫਰੋਮ ਐਂਡ ਵਾਟ ਆਰ ਯੂ ਫੀਲਿੰਗ ਹੇਅਰ ਇਨ ਨਨਕਾਣਾ ਸਾਹਿਬ ਅੱਲਾ ਦੀ ਕਸਮ ਸ਼ਕਲੋਂ ਲੱਗਦਾ ਨੂੰ ਅਲੀਫ ਨਹੀਂ ਪੂਰੀ ਯਾਦ ਬਿਲਕੁਲ ਨਹੀਂ ਲੱਗ ਰਿਹਾ ਕਿ ਤੂੰ 16 ਪੜਿਆ ਸੀ ਭਾਈ ਜਾਨੀ ਉੱਥੇ ਤੁਹਾਨੂੰ ਵੇਖਿਆ ਤੁਹਾਡੇ ਮਗਰ ਮਗਰ ਇੱਥੇ ਤੀਕਰ ਆ ਗਏ ਤੂੰ ਇੱਕੋ ਸਾਹ 'ਚ 1 2 3 4 ਏਦਾਂ ਇੱਕੋ ਤੇ ਇੱਕੋ ਕਹਿਣਾ ਚੱਲ ਕਿੰਨੇ ਤੀਕਰ ਆਖਣਾ 1 ਤੋਂ 10 ਤੱਕ 1 2 3 4 5 6 7 8 9 8 9 ਨਹੀਂ1 2 3 4 5 6 7 8 9 10
ਸਾਹ ਸੁੱਕਿਆ ਸੀ ਉਹਦਾ।